अस्सलाम वालेकुम ਤੁਹਾਡੇ ਸਾਹਮਣੇ ਪੰਜਾਬ ਚੌਧਰੀ ਰਫੀਕ ਗੁਜਰ ਮੈਂ ਜਨਾਬ ਗੁਲਸ਼ੇਰ ਖਾਨ ਬਲੋਚ ਤੇ ਅੱਜ ਅਸੀਂ ਅਮਰੀਕਾ ਦਾ 30th ਦਿਨ ਹੈ ਸਾਡਾ ਅਮਰੀਕਾ ਦਾ ਫੂਡ ਖਾਣ ਦਾ ਤੇ ਅੱਜ ਸਾਡੇ ਸਾਹਮਣੇ ਆ ਗਈ ਡਿਸ਼ ਪੂਰੀ ਭਰੀ ਹੋਈ ਆਲੂਆਂ ਦੀ ਚਿਪਸ ਆਲੂਆਂ ਦੀ ਚਿਪਸ ਕੀ ਬਾਤ ਪਤਾ ਨਹੀਂ ਇੰਗਲਿਸ਼ ਚ ਕੀ ਕਹਿੰਦੇ ਫ੍ਰੈਂਚ ਸੀਸ ਤੇ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਇੰਗਲਿਸ਼ ਚ ਕਹਿੰਦੇ ਫ੍ਰੈਂਚ ਫ੍ਰਾਈਜ਼ ਚਟਨੀ ਬਣਾਉਣ ਦੇ ਤਰੀਕੇ ਬੜੇ ਅੱਛੇ ਨੇ ਖਾਣ ਦੇ ਮਜ਼ੇ ਫੇਰ ਹੀ ਆਉਂਦੇ ਲਓ ਜੀ ਬਿਸਮਿਲਾ ਬੜ ਕੇ ਇੱਧਰ ਦਾ ਹੀ ਸ਼ੁਰੂ ਹਾਂਜੀ ਪਹਿਲੇ ਵੇਖ 14 ਸ਼ੁਰੂ ਅੱਜ ਕੇ ਚਿਪਸਾਂ ਸ਼ੁਰੂ ਕਰਨ ਲੱਗੇ ਇਹ ਯਾਰ ਇੱਕ ਇੱਕ ਹੀ ਚੁੱਕ ਕੇ ਜਦੋਂ ਤੱਕ ਖਾਣੀ ਹੈ ਹਾਂਜੀ ਇਹ ਤਾਂ ਬੜਾ ਟਾਈਮ ਲੱਗ ਜਾਣਾ ਹਾਂਜੀ ਮਜ਼ੇ ਮਜ਼ੇ ਨਾਲ ਖਾਓ ਨਾ ਮਜ਼ੇ ਤਾਂ ਆ ਰਹੇ ਨੇ ਵੇਖੋ ਨਾ ਇੱਕ ਇੱਕ ਗਿਣੀ ਵੀ ਜਾਓ ਕਿੰਨੇ ਕਿੰਨੇ ਪੀਸ ਖਾਧੇ ਨੇ ਫਿਰ ਹੀ ਤਾਂ ਫਾਇਦਾ ਨਾ ਕਿ ਅਸੀਂ ਹੁਣ ਇੱਕ ਇੱਕ ਪੀਸ ਚੁੱਕ ਰਹੇ ਹਾਂ ਪਤਾ ਤਾਂ ਲੱਗਣਾ ਕਿੰਨੇ ਖਾ ਗਏ ਮੈਂ ਤਾਂ 5 ਖਾ ਗਿਆ ਨਾਲ ਕੈਲਕੂਲੇਟ ਕਰਨਾ ਪਏਗਾ ਸਾਹਿਬ ਆਲੂ ਵੇਖੋ ਇੱਕ ਐਸੀ ਚੀਜ਼ ਹੈ ਹਰ ਸਬਜ਼ੀ ਪਏਗਾ ਆਲੂਆਂ ਦਾ ਸਾਥ ਹੀ ਇੰਨਾ ਹੁੰਦਾ ਕਿ ਹਰ ਸਬਜ਼ੀ ਜਿੰਨੀ ਵੀ ਜਾਊਗੀ ਆਲੂ ਰੁੱਖੀ ਚਿਪਸ ਖਾ ਰਿਹਾ ਉਹ ਵੀ ਆਲੂਆਂ ਦੀ ਇਹਦਾ ਮਤਲਬ ਜਿਹੜੇ ਗੋਰੇ ਉੱਥੇ ਖਾ ਰਹੇ ਅਮਰੀਕਾ 'ਚ ਇਹਦਾ ਫਾਇਦਾ ਕੋਈ ਹੈ ਆਲੂਆਂ ਦਾ ਐਵੇਂ ਨਹੀਂ ਆਲੂ ਖਾ ਰਹੇ ਉਹ ਕੁਛ ਚੀਜ਼ ਨੂੰ ਐਵੇਂ ਨਹੀਂ ਖਾ ਲੈਂਦੇ ਉਹਦਾ ਕੋਈ ਫਾਇਦਾ ਹੁੰਦਾ ਜਿਹਨੂੰ ਖਾਂਦੇ ਨੇ ਦੱਸਦੇ ਕਿ ਆਲੂਆਂ ਤਾਕਤ ਹੀ ਬੜੀ ਹੈਗੀ ਹੈ ਆਲੂਆਂ ਦੇ ਫਾਇਦੇ ਪਤਾ ਨਹੀਂ ਕੀ ਨੇ ਇਹ ਤਾਂ ਡਾਕਟਰ ਕੋਲ ਜਾਣਾ ਤਾਂ ਪਤਾ ਲੱਗੇਗਾ ਕਿ ਆਲੂ ਕੀ ਕਹਿੰਦੇ ਵੀ ਚਲ ਸਾਹਿਬ ਆਲੂ ਜਿਹਾ ਵੇਖ ਲਓ ਨਾ ਕਿਹੋ ਜਿਹੀ ਚਿਪਸ ਹੈਗੀ ਹੈ ਕਿ ਪੈਕਟ ਵਾਲੀ ਚਿਪਸ ਆਉਂਦੀ ਹੈ ਆਲੂ ਪਤਾ ਕਿਹੜੀ ਕਿਹੜੀ ਚਿਪਸਾਂ ਬੜੇ ਬੜੇ ਡਿਜ਼ਾਈਨ ਦਾ ਅਤੇ ਬੜੀ ਬੜੀ ਖੂਬਸੂਰਤ ਜਿਹੀਆਂ ਚਿਪਸਾਂ ਬਣਾਉਂਦੇ ਨੇ ਇਹ ਬੜੀ ਪਿਆਰੀ ਗੱਲ ਹੈ ਇਹ ਚਿਪਸ ਬਣਾਉਣ ਦਾ ਹੋਰ ਤਰੀਕਾ ਹੈ ਅਤੇ ਕਈ ਪੈਕਟਾਂ 'ਚ ਜਿਹੜੀ ਮਹਿਫੂਜ਼ ਕੀਤੀ ਹੁੰਦੀਆਂ ਨੇ ਮਸਾਲੇ ਲਾ ਲਾ ਕੇ ਅਤੇ ਐਸੇ ਮਜ਼ੇਦਾਰ ਬਣਾ ਦਿੰਦੇ ਨੇ ਉਹ ਵੀ ਇਹੀ ਆਲੂ ਹੁੰਦੇ ਨੇ ਅਤੇ ਫਿਰ ਜਨਾਬ ਆਲੂਆਂ ਦੇ ਮੈਂ ਵੇਖਿਆ ਫੁੱਲ ਬਣੇ ਹੁੰਦੇ ਨੇ ਬੱਚੇ ਜਿਹੜੇ ਆ ਕੇ ਬੜੇ ਸ਼ੌਕ ਨਾਲ ਖਾਂਦੇ ਆਲੂਆਂ ਦੀ ਚਿਪਸ ਜੀ ਉਹ ਬੜੇ ਫੁੱਲ ਅਤੇ ਬੜੀ ਜਨਾਬ ਮਜ਼ੇਦਾਰ ਅਤੇ ਬੜੀ ਕਰਾਰੀ ਜੀ ਬਣਾਈ ਹੁੰਦੀ ਇਹ ਜਿਹੜਾ ਡਰੀਆਂ ਕਰਕੇ ਬਣਾਈ ਹੈ ਹੰਡੀਆਂ ਦੇ ਵਿੱਚ ਪਕਾ ਕੇ ਖਾਂਦੇ ਨੇ ਵੱਡੇ ਜਵਾਨ ਬੰਦੇ ਆਲੂ ਅਤੇ ਬੱਚਿਆਂ ਵਾਸਤੇ ਉਹਨਾਂ ਨੇ ਪੈਕਟਾਂ ਦੇ ਵਿੱਚ ਪੈਕ ਕਰਕੇ ਦੇ ਦਿੱਤੀ ਕੈਸਾ ਫਾਰਮੂਲਾ ਲਾਇਆ ਕਿ ਬੱਚੇ ਵੀ ਇੰਜੋਏ ਕਰਨ ਆਲੂਆਂ ਦੇ ਵੱਡੇ ਸਾਲਾਂ 'ਚ ਤਾਂ ਨਹੀਂ ਖਾਂਦੇ ਨੇ ਵੱਡੇ ਤਾਂ ਖਾ ਹੀ ਰਹੇ ਨੇ ਫਿਰ ਆਲੂ ਫਿਰ ਜਨਾਬ ਜਿਹੜੇ ਆਲੂਆਂ ਦੇ ਸਫ਼ਰ ਵਾਸਤੇ ਬੜਾ ਅੱਛਾ ਹੁੰਦਾ ਹੈ ਜੀ ਪੈਕਟ ਰੱਖੇ ਹੁੰਦੇ ਸਫ਼ਰ ਖਾ ਰਹੇ ਨੇ ਗੱਡੀ ਬੈਠੇ ਨੇ ਚਿਪਸ ਖਾ ਰਹੇ ਨੇ ਹਾਂ ਵੀ ਕੈਸੀ ਆਈਟਮ ਹੈਗੀ ਇੰਜੋਏ ਜੀ ਇੰਜੋਏ ਖਾ ਰਹੇ ਨੇ ਸਫ਼ਰ ਦਾ ਸਫ਼ਰ ਤੈਅ ਹੋ ਰਿਹਾ ਹੈ ਪੂਰੀ ਦੁਨੀਆਂ ਤੁਸੀਂ ਫਿਰ ਲਵੋ ਜਿੱਥੇ ਵੀ ਚਲੇ ਜਾਓ ਇਹ ਤੁਹਾਨੂੰ ਜ਼ਰੂਰ ਮਿਲਣਗੇ ਲਹਿਦਾ ਲਹਿਦਾ ਸ਼ਕਲਾਂ ਦੇ ਵਿੱਚ ਅਤੇ ਤੁਹਾਡਾ ਇਸ ਤੋਂ ਬਗੈਰ ਸਫ਼ਰ ਦਾ ਇੰਜੋਏ ਵੀ ਨਹੀਂ ਹੁੰਦਾ ਕੈਸੀ ਇੱਕ ਜ਼ਿੰਦਗੀ ਦਾ ਹਿੱਸਾ ਨਹੀਂ ਜਿਵੇਂ ਬਣ ਜਾਂਦਾ ਇੱਕ ਚੀਜ਼ ਉਹ ਹੈਗਾ ਇਹ ਆਲੂ ਫਿਰ ਦੇਖੋ ਏਅਰਪੋਰਟ 'ਤੇ ਚਲੇ ਜਾਓ ਗੱਡੀਆਂ 'ਚ ਚਲੇ ਜਾਓ ਡੈਲ ਉੱਥੇ ਤੁਹਾਨੂੰ ਚਿਪਸ ਜ਼ਰੂਰ ਮਿਲੇਗੀ ਜਿਹੜੇ ਬੱਚੇ ਕਮਜ਼ੋਰ ਹੁੰਦੇ ਨੇ ਨਾ ਗੋਸ਼ਤ ਨਹੀਂ ਖਾਂਦੇ ਉਹਨਾਂ ਨੂੰ ਨਾ ਆਲੂ ਖਵਾਉਣੇ ਚਾਹੀਦੇ ਨੇ ਕਿ ਆਲੂ ਵਰਗੇ ਗੋਲ ਹੋਏ ਬਬਲੂ ਬਣ ਜਾਣਗੇ ਬਬਲੂ ਵਾਹ ਕੀ ਬਾਤ ਹੈ ਅੱਜ ਅਸੀਂ ਪੇਟ ਇਹਦੇ ਨਾਲ ਹੀ ਭਰਨਾ ਕੋਈ ਰੋਟੀ ਛੋਟੀ ਨਹੀਂ ਖਾਣੀ ਅਜੇ ਹੀ ਚੱਲਣਗੇ ਬੜਾ ਮਜ਼ਾ ਆ ਰਿਹਾ ਯਾਰ ਭਾਅ ਜੀ ਵਾਹ ਲੇਕਿਨ ਟਾਈਮ ਨਹੀਂ ਲੱਗਣਾ ਖਤਮ ਹੋਣ 'ਚ ਬੜੀ ਹੈਵੀ ਡਿਸ਼ ਬਣੀ ਭਰੀ ਪਈ ਹੈ ਮੈਂ ਤਾਂ ਇਕੱਠੇ 5-6 ਪੀਸ ਵੀ ਖਾ ਰਿਹਾ ਅੱਜ ਮੈਂ ਬੜਾ ਖੁਸ਼ ਹਾਂ ਘਰੋਂ ਸੁਬਾਹ ਅੱਛਾ ਜੀ ਮੈਂ ਅੱਜ ਵਧੀਆ ਖਾਣਾ ਆਉਣਾ ਰੱਜ ਕੇ ਰੋਟੀ ਖਾਵਾਂਗਾ ਅਤੇ ਅੱਗੇ ਭਾਅ ਜੀ ਆਲੂ ਰਾਣੇ ਦਾਵਤ ਦਿੱਤੀ ਸਾਨੂੰ ਅੱਗੇ ਘਰ ਵਾਲੇ ਸੁਲਾ ਵੀ ਨਹੀਂ ਮਾਰਦੇ ਰੋਟੀ ਖਾ ਕੇ ਉਹਨਾਂ ਨੂੰ ਪਤਾ ਹੈ ਕਿ ਬਾਅਦ ਦੇ ਖਾਣੇ ਬੜੇ ਬੜੇ ਹੈਵੀ ਖਾਣੇ ਖਾ ਰਹੇ ਨੇ ਇਹ ਵੀ ਗੱਲ ਹੈ ਉਹ ਦੇਖਦੇ ਨੇ ਨਾ ਕਿ ਇਹ ਤਾਂ ਰੱਜ ਕੇ ਆਏ ਹੁੰਦੇ ਨੇ 500 ਦੀਆਂ ਚੀਜ਼ਾਂ ਸਾਨੂੰ ਉਹੀ ਸਬਜ਼ੀਆਂ ਖਾਣੀਆਂ ਪੈ ਰਹੀਆਂ ਆਪ ਚਿਪਸਾਂ ਬਰਗਰ ਅਤੇ ਪਤਾ ਨਹੀਂ ਕੀ ਖਾ ਕੇ ਆ ਰਹੇ ਨੇ ਖਾ ਕੇ ਸਾਡੇ ਪਿੰਡਾਂ ਥਾਵਾਂ 'ਚ ਇਹੀ ਪੱਕਿਆ ਇਹੀ ਲੱਫੜ ਪਿਆ ਅੱਜ ਪਕਾਉਣਾ ਕੀ ਹੈ ਤੋ ਫਿਰ ਕਹੀ ਕਹਿੰਦਾ ਜੀ ਆਲੂ ਮਟਰ ਪਕਾ ਲਓ ਆਲੂ ਗਾਜਰ ਆਲੂ ਹਰ ਜਗ੍ਹਾ ਤੁਹਾਨੂੰ ਮਿਲੇ
ਜੇ ਹੋਰ ਕੁਛ ਨਹੀਂ ਇਹਨਾਂ ਦਾ ਯਾਦ ਤਾਂ ਆਲੂ ਵਾਲੇ ਪਰੌਂਠੇ ਬਣਾ ਲਓ ਜੀ। ਕਰਸੀ ਯਾਰ ਆਪਣੇ ਆਈਟਮ ਬਣਾ ਦਿੱਤੇ ਦੁਨੀਆਂ ਦੇ ਉੱਤੇ, ਨਿਯਮਤ ਹੈ ਆਲੂ ਵੇਖੋ। ਦੇਖੋ ਯਾਰ ਉਹ ਆਲੂਆਂ ਖਾ ਕੇ ਉਹਨਾਂ ਦਾ ਮਾਸ਼ਾ ਜਿਸਮ ਵੇਖੋ, ਫਿਟਨੈਸ ਵੇਖੋ। ਜੋ ਕੋਈ ਐਸੀ ਐਸੀ ਚੀਜ਼ਾਂ ਖਾਂਦੇ ਨੇ ਜਿਵੇਂ ਫੁੱਲਦੇ ਜੀ ਹੈਗੇ ਮਾਸ਼ਾ ਜਵਾਨ ਜਵਾਨ ਅਤੇ ਬੜੇ ਖੂਬਸੂਰਤ ਜੇ, ਜਿਵੇਂ ਖਾਣੇ ਖੂਬਸੂਰਤ ਜੇ, ਆਹ ਵੀ ਖੂਬਸੂਰਤ ਜੇ ਹੁੰਦੇ ਨੇ। ਵੈਸੇ ਉਹਨਾਂ ਨੇ ਖਾਣ ਦਾ ਇੱਕ ਤਰੀਕਾ ਵੱਖਰਾ ਹੀ ਵੇਖਿਆ। ਵੇਖੋ ਨਾ ਭੁੱਖ ਲੱਗੀ ਆਲੂ ਖਾ ਕੇ ਚੱਲਿਆ ਉਹਨਾਂ ਨੇ ਕੰਮ 'ਤੇ। ਸਾਡੇ ਬਾਰੇ ਕੋਈ ਘਰ ਘੋ ਲਵੇ ਨਾ ਆਲੂ ਖਾ ਅਤੇ ਜਾ ਕੰਮ 'ਤੇ, ਇੱਥੇ ਤਾਂ ਲੜਾਈਆਂ ਹੋ ਜਾਂਦੀਆਂ, ਫੱਡੇ ਪੈ ਜਾਂਦੇ ਕਿ ਸਾਨੂੰ ਆਲੂ ਦੇ ਦਿੱਤੇ ਨੇ। ਉਹ ਲੋਕ ਸ਼ੋ ਨਾ ਖਾਂਗੇ ਨੇ ਯਾਰ ਇਹਨੂੰ, ਕੈਸੀ ਗੱਲ, ਕੋਈ ਬੁਰਾ ਵੀ ਨਹੀਂ ਮਨਾਉਂਦੇ, ਇੰਜੋਏ ਕਰਦੇ ਨਾ, ਮਜ਼ਾ ਲੈ ਕੇ ਖਾ ਕੇ ਅਤੇ ਡਿਊਟੀ 'ਤੇ ਚਲੇ ਜਾਂਦੇ ਨੇ। ਜੀ ਤਾਂ ਚੋਈ ਸਾਹਿਬ ਜਾਂਦੇ ਜਨਾਬ ਦੋ ਤਿੰਨ ਰੋਟੀਆਂ ਪੀੜਨੀਆਂ ਨੇ ਨਾਲ ਕੁਛ ਸਾਹਿਬ, ਫਿਰ ਅਸੀਂ ਜਾਣਾ ਕੰਮ 'ਤੇ। ਇੱਕ ਗੱਲ ਹੈ ਚੋਈ ਸਾਹਿਬ, ਜੇ ਬਾਰਿਸ਼ ਹੋ ਰਹੀ ਹੋਵੇ, ਮੌਸਮ ਬੜਾ ਸੁਹਾਵਾ ਹੋਵੇ, ਹਾਂ ਇਹੋ ਜਿਹੀ ਚਿਪਸ ਪਈ ਹੋਵੇ, ਦਰਿਆ ਕਿਨਾਰੇ ਨਦੀ 'ਤੇ ਬੈਠਾ ਹੋਵੇ, ਖਾ ਰਿਹਾ ਹੋਵੇ ਮਹਿਫਲ ਨਾਲ, ਕਿਆ ਮਜ਼ੇ ਆ ਬਾਰਿਸ਼ ਦੇ ਵਿੱਚ। ਵਾਹ, ਜਦੋਂ ਉਹ ਕਹਿੰਦੇ ਨਾ ਪੰਜਾਬੀ 'ਚ ਰੋਲ ਤਾਂ ਗਿਆ, ਝੱਸ ਬੜੀ ਆ ਰਹੀ ਵੇਖ ਕੇ, ਵੈਸੇ ਕਿ ਝੱਸ ਆ ਰਹੀ ਡਿਸ਼ ਨੂੰ ਵੇਖ ਕੇ। ਜੇ ਚਟਨੀ ਨਾ ਹੁੰਦੀ ਤੇਲ ਤਾਂ ਖਾਣੇ ਬੜਾ ਜ਼ਿਆਦਾ ਮੁਸ਼ਕਿਲ, ਸਿਰਫ ਇਹਦੀ ਵਜ੍ਹਾ ਨਾਲ ਖਾਧੇ ਜਾ ਰਹੇ ਨੇ, ਮਜ਼ਾ ਤਾਂ ਮਜ਼ਾ ਵੀ ਦੇ ਰਹੀ, ਕਿਉਂਕਿ ਇਹ ਮੁਲਕਣੇ ਜਾਂਦੇ ਆ ਅਤੇ ਚਟਨੀ ਲਈ ਕਰਾਈ ਜੀ ਇਹਦੇ ਵਾਸਤੇ ਮਿਕਸ ਹੋ ਕੇ ਜਾ ਰਹੇ। ਫਿਰ ਵੇਖੋ ਗੋਲੀਆਂ ਦਾ ਖਾਸ ਕਰਕੇ ਸਾਡੇ ਨਾਲ ਮੋਟੀ ਵੀ ਨਾ, ਪਾਣੀ ਦਾ ਜੱਗ ਭਰਿਆ ਹੋਇਆ ਅਤੇ ਚਿਪਸ ਵੀ ਹੈ ਨਾਲ ਹੀ, ਨਾ ਪੈਪਸੀ ਪਈ ਹੋਈ। ਅਭੀ ਵੈਸੇ ਕੈਸੀ ਟਮਾਟਰਾਂ ਦੀ ਚਟਨੀ ਬਣਾਈ ਯਾਰ, ਕੀ ਸਵਾਦ ਪਾਤੇ, ਕਿਉਂਕਿ ਟਮਾਟਰ ਵੀ ਗੋਲ ਨੇ ਤਾਂ ਆਲੂ ਵੀ ਗੋਲ ਨੇ, ਨਾ ਤਾਂ ਆਪਸ ਭੀੜ ਪੈਂਦੀ ਰਹਿੰਦੀ ਹੈ ਜਿੱਥੇ ਕਿੱਥੇ। ਆਲੂਆਂ ਨੇ ਨਾ ਜਿਹੜਾ ਟਮਾਟਰਾਂ ਦੀ ਚਟਨੀ ਦਾ ਨਹੀਂ ਸਾਥ ਛੱਡਿਆ, ਨਾਲ ਹੀ ਜਾ ਰਹੀ ਹੈ ਕਿ ਇਹਦਾ ਵਿਆਰ ਤੁਸੀਂ ਮੈਨੂੰ ਖਾ ਨਹੀਂ ਸਕਦੇ, ਚਟਨੀ ਦਾ ਤਾਂ ਦਦਾਵਾ ਹੈ। ਆਲੂ ਕਹਿ ਰਿਹਾ ਵਾਕਈ ਤੂੰ ਗੱਲਾਂ ਸੱਚੀਆਂ ਕਰਦੀ ਹੈ, ਤੇਰੇ ਬਗੈਰ ਤਾਂ ਮੇਰਾ ਵੀ ਨਹੀਂ ਗੁਜ਼ਾਰਾ ਹੁੰਦਾ, ਅਤੇ ਤੂੰ ਮੇਰੇ ਨਾਲ ਹੀ ਰਵੀਂ। ਸਬਜ਼ੀ ਦੀ ਦੁਕਾਨ 'ਤੇ ਚੱਲ ਜਾਣਾ ਤੁਸੀਂ, ਆਲੂ ਅਤੇ ਟਮਾਟਰ ਨਾਲ ਹੀ ਪਏ ਹੁੰਦੇ ਆ, ਲੱਗਦਾ ਇਹਨਾਂ ਦਾ ਬੜਾ ਵਾਅਦਾ ਹੈ, ਪੱਕੀ ਦੋਸਤੀ ਪਈ ਹੋਈ ਹੈ ਕਿ ਜਿੱਥੇ ਵੀ ਜਾਣਾ ਨਾ ਇਕੱਠੇ ਨਾਲ ਹੀ ਰਹਿਣਾ, ਇੱਥੇ ਵੀ ਆਲੂ ਅਤੇ ਟਮਾਟਰ ਮੇਰੇ ਕੋਲ ਹੀ ਨੇ। ਵੈਸੇ ਮੈਂ ਗੱਲ ਦੱਸਾਂ, ਅਗਰ ਰੋਟੀ ਹੁੰਦੀ ਨਾ ਨਾਲ ਤੰਦੂਰ ਦੀ, ਇਹਦੇ ਨਾਲ ਵੀ ਬੜਾ ਮਜ਼ਾ ਆਉਣਾ ਸੀ ਯਾਰ। ਰੋਟੀ ਤੰਦੂਰ ਦਾ ਹੈ ਕਿ ਸਲਮ ਬਣਿਆ ਹੋਵੇ, ਇਹ ਰੁੱਖੇ ਹੀ ਖਾਣ ਦਾ ਮਜ਼ਾ ਆ ਰਿਹਾ। ਨਾ ਨਾ, ਇਹ ਆਲੂ ਦੀ ਬੁਰਕੀ ਹੈ ਜੇ ਨਾਲ ਰੋਟੀ ਦੇ ਵਿੱਚ ਰੱਖ ਕੇ ਨਾਲ ਇਹ ਚਟਨੀ ਲਾ ਕੇ ਇੱਕ ਵੱਖਰੇ ਹੀ ਜ਼ਾਇਕਾ ਨਿਕਲ ਆਉਣਾ ਸੀ। ਅੱਛਾ ਜੀ, ਜਿਵੇਂ ਆਲੂ ਦੀ ਰੋਟੀ ਦੇ ਵਿੱਚ ਪੂਰੇ ਨੂੰ ਰੱਖ ਕੇ ਬੰਦਾ ਉੱਤੇ ਚਟਨੀ ਪਾਵੇ, ਜਿਵੇਂ ਉਹ ਸ਼ਵਾਰਮ ਨਹੀਂ ਬਣਾ ਲੈਂਦੇ, ਉਂਝ ਦਾ ਸ਼ਵਾਰਮਾ ਬਣਾ ਕੇ ਪਰੌਂਜੀ, ਓ ਹੋ ਹੋ ਪੈਰ ਦੀ ਆ ਸਮਝੋ, ਸਾਡੀ ਰੋਟੀ ਚਿਪਸ ਹੈਗੇ ਨੇ ਤਾਂ ਅਸੀਂ ਰੋਟੀ ਖਾਂਦੇ ਹਾਂ, ਨਹੀਂ ਦੇ ਨਹੀਂ ਸੀ ਲੱਗਦੀ ਲੈ ਕੇ ਇੰਨੀ ਵੱਡੀ ਡੇਰੀ, ਅਸੀਂ ਪਹਿਲੀ ਦਫ਼ਾ ਦਿਨ ਕੇ ਖਾਣ ਲੱਗੇ ਕਿ ਚਿਪਸ ਹੀ ਚਿਪਸ ਖਾਣੀ ਹੈ। ਹਾਂ, ਨਹੀਂ ਤਾਂ ਕਦੀ ਐਡੇ ਚਿਪਸ ਖਾਧੇ ਨਹੀਂ ਅਸੀਂ, ਜਿੰਨੇ ਹੁਣ ਇੱਥੇ ਬੈਠੇ ਖਾ ਗਏ। ਮੈਂ ਤਾਂ ਵੀ ਸੋਚਦਾ ਹੈਗਾ ਕਿਹੋ ਜਿਹੇ ਰੰਗ ਪਰੰਗੇ ਅੱਜ ਕੱਲ੍ਹ ਖਾਣੇ ਆ ਰਹੇ, ਰੋਟੀ ਆ ਹੀ ਨਹੀਂ। ਹਾਂ, ਇੰਝ ਕਰਕੇ ਪੰਜ ਪੰਜ ਛੇ ਛੇ ਫੜੋ ਐਵੇ, ਕੀ ਮਜ਼ਾ ਆ ਰਿਹਾ ਖਾਣ ਦਾ। ਵੇਖ ਲਓ ਸਾਡੇ ਜਿਹੜੇ ਨਾ, ਹਾਂ ਆਲੂਆਂ ਦੇ ਪਕੌੜੇ ਬਣਾਉਂਦੇ ਨੇ। ਵਾਹ, ਆਲੂ ਦੇ ਪਕੌੜੇ ਬੜੇ ਸ਼ੌਕ ਹੈ, ਇਹ ਬਿਲਕੁਲ ਹੀ ਮਜ਼ੇਦਾਰ, ਆਲੂ ਦੇ ਬਗੈਰ ਪਕੌੜੇ ਬਣੇ ਨੇ। ਨਾਲ ਸਾਨੂੰ ਪਤਾ ਨਹੀਂ ਪਾਣੀ, ਉੱਥੇ ਤਾਂ ਲੋਕ ਭਾਈ ਪਾਣੀ ਬੋਤਲਾਂ ਵਾਲਾ ਪਾਣੀ ਪੀਂਦੇ ਨੇ, ਇੱਥੇ ਸਾਡਾ ਜਿੱਥੋਂ ਦਿਲ ਕੀਤਾ ਭਲਾ ਨਹੀਂ ਟੂਟੀ ਖੋਲ੍ਹੀ ਹੈ, ਨਲਕਾ ਗੇੜਿਆ ਅਤੇ ਪਾਣੀ ਪੀ ਲਿਆ, ਨਹੀਂ ਤਾਂ ਨਦੀ ਦਰਿਆ ਤਾਂ ਹੈ ਹੀ ਹੈ। ਉਸ ਤੋਂ ਇਲਾਵਾ ਪਹਿਲਾਂ ਖੂਹ ਕਦੀ ਬਣੇ ਹੁੰਦੇ ਸੀ ਪਿੰਡਾਂ 'ਚ ਪਾਣੀ ਪੀਣ ਵਾਸਤੇ, ਪਾਣੀ ਲੋਕਾਂ ਦਾ ਘਰ ਇਸਤੇਮਾਲ ਕਰਨ ਵਾਸਤੇ। ਅੰਨੇ ਆਲੂ ਮੈਂ ਨਾ ਪਿੱਛੇ 5 ਸਾਲਾਂ 'ਚ ਖਾਧੇ ਹੋਣੇ ਨੇ, ਤੇਰੇ ਅੱਜ ਮੈਂ ਇੱਕ ਦਿਨ 'ਚ ਹੀ ਖਾ ਗਏ। ਅੱਜ ਕਿੱਥੇ ਖਾ ਰਹੇ ਹੋ, ਯਕੀਨ ਹੁਣ ਹੁਣ 5 ਸਾਲ ਆਲੂ ਨਾ ਖਾਣੇ ਚਾਹੀਦੇ ਨੇ, ਇੰਨੀ ਵੱਡੀ ਟਰੇ। ਜਸਾ ਗੱਲ ਹੀ ਯਾਦ ਆ ਗਈ, ਹੁਣ ਤੁਸੀਂ ਸਾਨੂੰ ਦੱਸਣਾ ਕਿ ਅਸੀਂ ਕੱਲ੍ਹ ਕੜੀ ਡਿਸ਼ ਖਾਵਾਂਗੇ। ਵਾਹ ਜੀ ਵਾਹ, ਕਿਉਂਕਿ ਪਸੰਦ ਹੀ ਤੁਹਾਡੀ ਹੋਏਗੀ, ਖਾਣਾ ਸਾਡਾ ਹੋਏਗਾ, ਤੁਸੀਂ ਪਸੰਦ ਕਰਕੇ ਦੱਸੋ ਕੱਲ੍ਹ ਸਾਡੇ ਕਿਹੜੀ ਡਿਸ਼ ਅਸੀਂ ਖਾਈਏ। ਮੈਂ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਅੱਛੀ ਜਿਹੀ ਡਿਸ਼ ਹੀ ਦੱਸਣਾ, ਜਿਹੜਾ ਮਜ਼ਾ ਹੋਵੇ। ਅਸੀਂ ਤਾਂ ਦੇਖੋ ਖਾਣੇ ਖਾਂਦੇ ਨਾ, ਲੇਕਿਨ ਅੱਜ ਇਹਨਾਂ ਦਾ ਖਾਣਾ ਖਾਧਾ ਨਾ ਯਾਰ, ਖਾਣਾ ਹੀ ਉਹਨਾਂ ਦਾ ਖੁਰਾਕ ਹੈਗੀ, ਉਹਨੇ ਭਾਅ ਤੁਹਾਡੀ ਡਿਸ਼ ਪੂਰੀ ਉਹ ਮੈਂ ਖਾਧੀ ਹੈ। ਇਹ ਵੀ ਇੱਕ ਜ਼ਿੰਦਗੀ ਦਾ ਤਜਰਬਾ ਹੀ ਹੈ, ਸਮਝ ਲਓ ਕਿ ਮਜ਼ੇ ਮਜ਼ੇ ਲੈ ਕੇ ਖਾਧੇ ਨੇ, ਯਕੀਨ ਕਰੋ। ਮੈਂ ਖੁਦ ਪਰੇਸ਼ਾਨ ਹੋ ਗਿਆ ਵਾਂ, ਐਡੀ ਵੱਡੀ ਟ੍ਰੇ ਮੰਗਾ ਕਿਵੇਂ ਦਿੱਤੀ ਅਸੀਂ। ਲੋ ਜੀ, ਕੈਸੀ ਗੱਲ ਹੈ, ਤੀਸਰਾ ਦਿਨ ਅਮਰੀਕਾ ਦਾ ਫੂਡ ਖਾ ਰਹੇ,
ਆਲੂ ਜਿਵੇਂ ਆਏ ਨਾ ਸਾਹਮਣੇ, ਮੈਂ ਤਾਂ ਕਹਿ ਲਿਆ ਵੀ ਅੱਜ ਭੁੱਖੇ ਰਹਿਣਾ ਅਸੀਂ, ਆਲੂਆਂ ਨੇ ਕੀ ਕਰਨਾ। ਲੇਕਿਨ ਆਲੂਆਂ ਨੇ ਦੱਸਿਆ ਕਿ ਜੋ ਤੁਹਾਡੀ ਖੁਰਾਕ ਸੀ ਨਾ ਦੁਪਹਿਰ ਦੇ ਟਾਈਮ ਦੀ, ਫੁੱਲ ਹੋ ਗਿਆ ਸੀ, ਯਕੀਨ ਕਰ ਲਓ। ਇੰਝ ਪੂਰਾ ਫਿੱਟ ਕਰ ਦਿੱਤਾ ਸਾਨੂੰ ਇਹਨਾਂ ਨੇ, ਕਮਾਲ ਨਹੀਂ ਹੋ ਗਈ। ਹੁਣ ਸ਼ਾਮ ਤੋਂ ਸਾਨੂੰ ਨਹੀਂ ਭੁੱਖ ਲੱਗਣੀ, ਅਸੀਂ ਖਾ ਲਿੱਤਾ। ਅਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਦਬਾਉਣੀ ਹੈ, ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਅਤੇ ਆਪਣੀ ਸਿਹਤ ਦਾ ਖਿਆਲ ਰੱਖਣਾ, ਅੱਛੇ ਅੱਛੇ ਖਾਣੇ ਖਾਓ, ਅਤੇ ਸਾਨੂੰ ਅੱਗੇ ਕਮੈਂਟਸ 'ਚ ਜ਼ਰੂਰ ਦੱਸਣਾ ਕਿ ਅਗਲੀ ਡਿਸ਼ ਕਿਹੜੀ ਹੋਣੀ ਚਾਹੀਦੀ ਹੈ। ਸਾਨੂੰ ਇਜਾਜ਼ਤ ਦੇਵੋ ਫਿਰ, ਅੱਲਾ ਹਾਫਿਜ਼।